ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਆਪਣੀ 7ਵੀਂ ਕਲਾਸ ਦੀ ਅਗਲੀ ਵਰਕਸ਼ੀਟ ਕਰਨ ਜਾ ਰਹੇ ਹਾਂ ਪਾਠ ਨੰਬਰ 18 ਵਿਰਥ ਪਾਣੀ ਦੀ ਕਹਾਣੀ ਹਾਂਜੀ ਦੇਖ ਬੱਚੇ ਪਹਿਲਾ ਪ੍ਰਸ਼ਨ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਕਾਰਬੋਨਿਕ ਅਸ਼ੁੱਧੀਆਂ ਦੀ ਉਦਾਹਰਣ ਨਹੀਂ ਹੈ ਜੈਵਿਕ ਵਿਰਥ ਪਦਾਰਥ ਕੀਟਨਾਸ਼ਕ ਮਨੁੱਖੀ ਮਲ ਜਾਂ ਧਾਤਾਂ ਤਾਂ ਬੱਚੇ ਇਹਨਾਂ ਦੇ ਵਿੱਚੋਂ ਜਿਹੜੀ ਕਾਰਬੋਨਿਕ ਅਸ਼ੁੱਧੀਆਂ ਦੀ ਉਦਾਹਰਣ ਨਹੀਂ ਹੈ ਉਹ ਹੈ ਧਾਤਾਂ ਆਪਸ਼ਨ ਸਸਾ ਹਾਂਜੀ ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ ਅਧਿਆਪਕ ਨੇ ਵਿਦਿਆਰਥੀਆਂ ਨੂੰ ਆਪਣੇ ਘਰ ਦੇ ਨੇੜੇ ਤੇੜੇ ਖੁੱਲੀ ਨਾਲੇ ਵਿੱਚੋਂ ਵਹਿਣ ਵਾਲੇ ਪਾਣੀ ਦਾ ਨਿਰੇਖਣ ਕਰਨ ਬਾਰੇ ਦੱਸਿਆ ਵਿਦਿਆਰਥੀਆਂ ਵੱਲੋਂ ਨੋਟ ਕੀਤੇ ਗਏ ਪ੍ਰੀਖਣਾਂ ਅਨੁਸਾਰ ਉਹਨਾਂ ਵੱਲੋਂ ਪਾਣੀ ਦੀ ਕਿਹੜੀ ਕਿਸਮ ਬਾਰੇ ਕਲਾਸ ਵਿੱਚ ਦੱਸਿਆ ਗਿਆ ਹਾਂਜੀ ਉਹਨਾਂ ਵੱਲੋਂ ਪਾਣੀ ਦੀ ਕਿਹੜੀ ਕਿਸਮ ਬਾਰੇ ਕਲਾਸ ਵਿੱਚ ਦੱਸਿਆ ਗਿਆ ਉਹ ਹੈ ਬੱਚੇ ਗੰਦੇ ਪਾਣੀ ਬਾਰੇ ਤੇਰਾ ਸਹੀ ਜਵਾਬ ਹੈ ਆਪਸ਼ਨ ਈਡੀ ਗੰਦਾ ਪਾਣੀ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵੱਲੋਂ 2005 ਤੋਂ 2015 ਦੇ ਸਮੇਂ ਨੂੰ ਕਿਸ ਕਾਰਜ ਲਈ ਅੰਤਰਰਾਸ਼ਟਰੀ ਧਮਾਕੇ ਦੇ ਰੂਪ ਵਿੱਚ ਘੋਸ਼ਿਤ ਕੀਤਾ ਗਿਆ ਤਾਂ ਬੱਚੇ 2005 ਤੋਂ 2015 ਦੇ ਸਮੇਂ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵੱਲੋਂ ਕਿਸ ਕਾਰਜ ਲਈ ਅੰਤਰਰਾਸ਼ਟਰੀ ਧਮਾਕੇ ਦੇ ਰੂਪ ਵਿੱਚ ਘੋਸ਼ਿਤ ਕੀਤਾ ਗਿਆ ਤਾਂ ਸਹੀ ਜਵਾਬ ਹੈ ਜੀਵਨ ਦੇ ਲਈ ਪਾਣੀ ਆਪਸ਼ਨ ਈਡੀ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਕਿਰਿਆ ਵਿਰਥ ਪਾਣੀ ਦੇ ਉਪਚਾਰ ਦੀ ਉਦਾਹਰਣ ਹੈ ਹਵਾ ਦੁਆਰਾ ਵੀ ਵਿਰਥ ਪਾਣੀ ਦਾ ਉਪਚਾਰ ਕੀਤਾ ਜਾਂਦਾ ਹੈ ਫਿਲਟਰੇਸ਼ਨ ਵਿਧੀ ਰਾਹੀਂ ਵੀ ਪਾਣੀ ਦਾ ਉਪਚਾਰ ਕੀਤਾ ਜਾਂਦਾ ਹੈ ਤੇ ਕਲੋਰੀਨੇਸ਼ਨ ਨਾਲ ਵੀ ਵਿਰਥ ਪਾਣੀ ਦਾ ਉਪਚਾਰ ਕੀਤਾ ਜਾਂਦਾ ਹੈ ਤਾਂ ਇਸਦੇ ਬਚਤ ਸਹੀ ਜਵਾਬ ਕਿਹਾ ਜਾਊਗਾ ਉਪਰੋਕਤ ਸਾਰੇ অপশন সসা हां जी ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਮਲ ਪ੍ਰਵਾਹ ਦੇ ਰਸਤਿਆਂ ਵਿੱਚ ਮੇਨ ਹੋਲ ਕਿੰਨੀ ਦੂਰੀ ਤੇ ਰੱਖੇ ਜਾਂਦੇ ਹਨ हां जी ਮਲ ਪ੍ਰਵਾਹ ਦੇ ਰਸਤਿਆਂ ਵਿੱਚ ਮੇਨ ਹੋਲ ਕਿੰਨੀ ਦੂਰੀ ਤੇ ਰੱਖੇ ਜਾਂਦੇ ਨੇ ਬੱਚੇ 50 ਤੋਂ 60 ਮੀਟਰ অপশন ਆੜਾ हां जी ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਧਰਤੀ ਉੱਤੇ ਸਭ ਤੋਂ ਗਰੀਬ ਵਿਅਕਤੀ ਨੂੰ ਸਾਫ਼ ਪਾਣੀ ਅਤੇ ਸਵੱਛਤਾ ਪ੍ਰਦਾਨ ਕਰਕੇ ਅਤੇ ਸਾਰੇ ਬੱਚਿਆਂ ਲਈ ਸਿੱਖਿਆ ਯਕੀਨੀ ਕਰ ਸਕਦੇ ਹਾਂ ਇਹ ਕਿਸ ਵੱਲੋਂ ਕਿਹਾ ਗਿਆ ਹਾਂਜੀ ਬੱਚੇ ਇਹ ਕਿਸ ਵੱਲੋਂ ਕਿਹਾ ਗਿਆ ਇਹ ਕਿਹਾ ਗਿਆ ਯੂਨੀਸੈਫ ਵੱਲੋਂ ਤਾਂ ਸਹੀ ਜਵਾਬ ਹੈ ਆਪਸ਼ਨ ਊੜਾ ਯੂਨੀਸੈਫ ਤਾਂ ਬੱਚੇ ਯੂਨੀਸੈਫ ਇੱਕ ਸੰਸਥਾ ਹੈਗੀ ਹੈ ਜਿਹਦਾ ਪੂਰਾ ਨਾਮ ਹੈ United Nations Children's Fund ਤਾਂ ਬੱਚੇ ਇਹ ਇੱਕ ਸੰਸਥਾ ਜਿਹੜੀ ਬੱਚਿਆਂ ਦੀ ਭਲਾਈ ਦੇ ਲਈ ਕੰਮ ਕਰਦੀ ਹੈ ਤਾਂ ਇਸ ਲਈ ਏਜ ਨੇ ਉੱਪਰਲੇ ਸ਼ਬਦ ਨੇ ਇਹ ਕਿਸ ਵੱਲੋਂ કહેਗੇ ਨੇ ਯੂਨੀਸੈਫ ਵੱਲੋਂ ਤਾਂ ਸਹੀ ਜਵਾਬ ਹੈ অপਸ਼ਨ 우ੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਕਿਹੜਾ ਯੰਤਰ ਵਿਰਥ ਪਾਣੀ ਦੀ ਸਤ੍ਹਾ ਉੱਤੇ ਤੈਰ ਰਹੇ ਪਦਾਰਥਾਂ ਨੂੰ ਬਾਹਰ ਕੱਢਣ ਲਈ ਵਰਤਿਆ ਜਾਂਦਾ ਹੈ ਹਾਂਜੀ ਉਹ ਕਿਹੜਾ ਯੰਤਰ ਹੈ ਬੱਚੇ ਉਹ ਹੈ ਬਾਰ ਸਕਰੀਨ অপਸ਼ਨ ਏਡੀ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਰਾਣੋ ਦੀ ਅਧਿਆਪਕਾ ਨੇ ਕਿਹਾ ਕਿ ਵਾਤਾਵਰਨ ਵਿੱਚ ਪ੍ਰਦੂਸ਼ਕਾਂ ਦੀ ਮਾਤਰਾ ਬਹੁਤ ਵਧਦੀ ਜਾ ਰਹੀ ਹੈ ਇਹ ਸੁਣ ਕੇ ਰਾਣੋ ਨੇ ਹੈਰਾਨ ਹੋ ਕੇ ਪੁੱਛਿਆ ਕਿ ਮੈਡਮ ਜੀ ਇਹ ਪ੍ਰਦੂਸ਼ਕ ਕੀ ਹਨ ਅਧਿਆਪਕ ਨੇ ਕਿਹਾ ਹਾਂਜੀ ਅਧਿਆਪਕ ਨੇ ਕੀ ਦੱਸਿਆ ਕਿ ਪ੍ਰਦੂਸ਼ਕ ਕੀ ਹੁੰਦੇ ਨੇ ਤਰ੍ਹਾਂ ਸਹੀ ਜਵਾਬ ਬੱਚੇ ਪ੍ਰਦੂਸ਼ਕ ਹੁੰਦੇ ਨੇ ਪਾਣੀ ਵਿੱਚ ਮੌਜੂਦ ਘੁਲੀਆਂ ਤੇ ਲਟਕਦੀਆਂ ਅਸ਼ੁੱਧੀਆਂ ਤਰ੍ਹਾਂ ਸਹੀ ਜਵਾਬ ਹੈ ਆਪਸ਼ਨ ਆੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਰਾਜੂ ਦੇ ਅਧਿਆਪਕ ਨੇ ਦੱਸਿਆ ਕਿ ਉਹਨਾਂ ਦੀ ਜਮਾਤ ਨੂੰ ਕੱਲ ਉਸ ਥਾਂ ਲੈ ਕੇ ਜਾਇਆ ਜਾਵੇਗਾ ਜਿੱਥੇ ਵੈਰਥ ਜਲ ਨੂੰ ਸੋਧਿਆ ਜਾਂਦਾ ਹੈ ਅਤੇ ਫਿਰ ਉਸ ਨੂੰ ਘਰ ਦੇ ਕਾਰਜਾਂ ਵਿੱਚ ਵਰਤਿਆ ਜਾ ਸਕਦਾ ਹੈ ਅਧਿਆਪਕ ਨੇ ਬੱਚਿਆਂ ਨੂੰ ਉਸ ਥਾਂ ਦਾ ਨਾਮ ਪੁੱਛਿਆ ਕੀ ਤੁਸੀਂ ਜਾਣਦੇ ਹੋ ਹਾਂਜੀ ਬੱਚੇ ਉਸ ਥਾਂ ਦਾ ਨਾਮ ਕੀ ਹੈਗਾ ਵੈਰਥ ਜਲ ਉਪਚਾਰ ਪਲਾਂਟ ਆਪਸ਼ਨ ਊੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਰੀਨਾ ਦੇ ਪਿਤਾ ਜੀ ਕਹਿੰਦੇ ਹਨ ਕਿ ਕੇਵਲ ਜਾਗਰੂਕ ਨਾਗਰਿਕ ਹੀ ਧਰਤੀ ਉੱਪਰ ਪੈ ਰਹੇ ਵਾਧੂ ਪਦਾਰਥਾਂ ਦੇ ਬੋਝ ਨੂੰ ਘਟਾ ਸਕਦਾ ਹੈ ਰੀਨਾ ਜਾਣਨਾ ਚਾਹੁੰਦੀ ਹੈ ਕਿ ਜਾਗਰੂਕ ਨਾਗਰਿਕ ਕਿਵੇਂ ਬਣ ਸਕਦੇ ਹਨ ਉਸ ਦੀ ਮਦਦ ਕਰੋ हां जी जागरूक नागरिक ਕਿਵੇਂ जागरूक जागरूक नागरिक ਕਿਵੇਂ ਬਣ ਸਕਦੇ ਆ ਕੂੜਾ ਕਰਕਟ ਖੁੱਲੇ ਵਿੱਚ ਨਾ ਸੁੱਟ ਕੇ ਗੰਦਲਾ ਪਾਣੀ ਘਰਾਂ ਬਾਹਰ ਨਾ ਖੜਾ ਹੋਣ ਦੇ ਕੇ ਚੀਕਨੇ ਪਦਾਰਥਾਂ ਤੇ ਕੀਟਨਾਸ਼ਕ ਨਾਲੀ ਵਿੱਚ ਨਾ ਰੋੜ ਕੇ ਤਾਂ ਇਸਦਾ ਸਹੀ ਜਵਾਬ ਬੱਚੇ ਉਪਰੋਕਤ ਸਾਰਾ ਕੁਝ ਕਰਕੇ ਤਾਂ ਸਹੀ ਜਵਾਬ ਹੈ অপਸ਼ਨ ਸ ਹਾਂ ਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਘਰ ਦੇ ਬਾਹਰ ਖੜੇ ਸਤਵੀਰ ਨੇ ਆਪਣੀ ਮਾਂ ਤੋਂ ਪੁੱਛਿਆ ਨਾਲੀ ਵਿੱਚ ਕਿੰਨਾ ਪਾਣੀ ਵਿਰਥ ਹੋ ਰਿਹਾ ਹੈ ਇਸ ਦੀ ਕੋਈ ਵਰਤੋਂ ਨਹੀਂ ਹੋ ਸਕਦੀ ਮਾਂ ਨੇ ਦੱਸਿਆ ਕਿ ਇਹ ਪਾਣੀ ਵਿਰਥ ਪਾਣੀ ਹੈ ਆਖਰ ਵਿਰਥ ਪਾਣੀ ਕੀ ਹੁੰਦਾ ਹੈ ਹਾਂਜੀ ਵਿਰਥ ਪਾਣੀ ਕੀ ਹੁੰਦਾ ਬੱਚੇ ਝੱਗ ਨਾਲ ਭਰਪੂਰ ਕਾਲੇ ਰੰਗ ਦਾ ਪਾਣੀ ਜਿਹੜਾ ਸਿੰਕਾਂ ਬਾਥਰੂਮਾਂ ਤੋਬੀ ਘਾਟਾਂ ਆਦਿ ਵਿੱਚੋਂ ਨਾਲੀ ਵਿੱਚ ਆ ਜਾਂਦਾ ਹੈ ਤੈਰਾ ਸਹੀ ਜਵਾਬ ਹੈ ਆਪਸ਼ਨ ਊੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਰਕੇਸ਼ ਆਪਣੇ ਨਾਨਕੇ ਪਿੰਡ ਜਾ ਰਿਹਾ ਸੀ ਰਸਤੇ ਵਿੱਚ ਉਸ ਨੇ ਇੱਕ ਪਲਾਂਟ ਵੇਖਿਆ ਜੋ ਕਿ ਸੀਵੇਜ ਟ੍ਰੀਟਮੈਂਟ ਪਲਾਂਟ ਸੀ ਤਾਂ ਉਸ ਦੇ ਪਿਤਾ ਜੀ ਨੇ ਰਕੇਸ਼ ਨੂੰ ਪੁੱਛਿਆ ਕਿ ਇਹ ਗੰਦਾ ਪਾਣੀ ਕਿੱਥੋਂ ਆਉਂਦਾ ਹੈ ਹਾਂਜੀ ਬੱਚੇ ਸੀਵੇਜ ਟ੍ਰੀਟਮੈਂਟ ਪਲਾਂਟ ਦੇ ਵਿੱਚ ਗੰਦਾ ਪਾਣੀ ਕਿੱਥੋਂ ਆਉਂਦਾ ਹੈ ਇਹ ਘਰਾਂ ਚੋਂ ਸ਼ਹਿਰਾਂ ਚੋਂ ਤੇ ਉਦਯੋਗਾਂ ਚੋਂ ਇਹਨਾਂ ਸਾਰਿਆਂ ਚੋਂ ਆਉਂਦਾ ਹੈ ਤਾਂ ਇਸ ਲਈ ਦਾ ਸਹੀ ਜਵਾਬ ਕੀ ਹੈ ਬੱਚੇ ਉਪਰੋਕਤ ਸਾਰੇ ਆਪਸ਼ਨ ਸ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਸਨੇਹਾ ਨੇ ਸੀਵੇਜ ਟ੍ਰੀਟਮੈਂਟ ਪਲਾਂਟ ਦਾ ਇੱਕ ਮਾਡਲ ਤਿਆਰ ਕੀਤਾ ਅਤੇ ਪ੍ਰਦਰਸ਼ਨੀ ਸਮੇਂ ਉਹ ਸਮਝਾ ਰਹੀ ਸੀ ਕਿ ਵਰਥ ਪਾਣੀ ਦੀ ਸੁਧਾਈ ਇਸ ਪਲਾਂਟ ਵਿੱਚ ਕੀਤੀ ਜਾਂਦੀ ਹੈ ਤਾਂ ਇੱਕ ਵਿਦਿਆਰਥੀ ਨੇ ਉਸ ਨੂੰ ਅਸ਼ੁੱਧੀਆਂ ਬਾਰੇ ਪੁੱਛਿਆ ਤਾਂ ਉਸ ਦਾ ਉੱਤਰ ਕੀ ਹੋਣਾ ਚਾਹੀਦਾ ਹੈ ਹਾਂਜੀ ਅਸ਼ੁੱਧੀਆਂ ਕਿਹੜੀਆਂ ਹੁੰਦੀਆਂ ਨੇ ਕਾਰਬੋਨਿਕ ਅਸ਼ੁੱਧੀਆਂ ਵੀ ਹੁੰਦੀਆਂ ਨੇ ਵਰਥ ਪਾਣੀ ਦੇ ਵਿੱਚ ਅਕਾਰਬੋਨਿਕ ਅਸ਼ੁੱਧੀਆਂ ਵੀ ਹੁੰਦੀਆਂ ਨੇ ਤੇ ਪੋਸ਼ਕ ਤੱਤ ਵੀ ਹੁੰਦੇ ਨੇ ਤਾਂ ਇਸ ਲਈ ਬੱਚੇ ਦਾ ਸਹੀ ਜਵਾਬ ਕੀ ਹੋਏਗਾ ਉਪਰੋਕਤ ਸਾਰੇ ਆਪਸ਼ਨ ਸ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਦੀਪਤੀ ਅਤੇ ਉਸ ਦੀ ਸਹੇਦੀਆਂ ਪੌਦਿਆਂ ਦੀ ਮਹੱਤਤਾ ਬਾਰੇ ਚਰਚਾ ਕਰ ਰਹੀਆਂ ਸੀ ਇਸ ਦੌਰਾਨ ਦੀਪਤੀ ਨੇ ਦੱਸਿਆ ਕਿ ਇੱਕ ਅਜਿਹਾ ਰੁੱਖ ਵੀ ਹੈ ਜੋ ਵਿਰਥ ਪਾਣੀ ਦੀ ਸੁਧਾਈ ਵਿੱਚ ਸਹਾਇਤਾ ਕਰਦਾ ਹੈ ਇਸ ਦਾ ਕੀ ਨਾਮ ਹੈ ਬੁਝੋ ਤਾਂ ਬੱਚੇ ਉਹ ਰੁੱਖ ਜਿਹੜਾ ਵ्यर्थ ਪਾਣੀ ਦੀ ਸੁਧਾਈ ਵਿੱਚ ਸਹਾਇਤਾ ਕਰਦਾ ਹੈਗਾ ਉਹਦਾ ਕੀ ਨਾਮ ਹੈ ਉਹ ਹੈ ਬੱਚੇ ਸਫੈਦਾ ਆਪਸ਼ਨ ਅੜਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਡਬਲਯੂ ਡਬਲਯੂ ਟੀ ਪੀ ਦਾ ਪੂਰਾ ਨਾਮ ਕੀ ਹੈ ਹਾਂਜੀ ਡਬਲਯੂ ਡਬਲਯੂ ਟੀ ਪੀ ਦਾ ਪੂਰਾ ਨਾਮ ਕੀ ਹੈ ਇਹ ਹੈ ਬੱਚੇ ਵਰਥ ਜਲ ਉਪਚਾਰ ਪਲਾਂਟ ਆਪਸ਼ਨ ਆੜਾ ਜੇ ਇੰਗਲਿਸ਼ ਦੇ ਵਿੱਚ ਕੀ ਹੈ ਵੇਸਟ ਵਾਟਰ ਟ੍ਰੀਟਮੈਂਟ ਪਲੈਂਟ ਤੇਰਾ ਸਹੀ ਜਵਾਬ ਹੈ ਆਪਸ਼ਨ ਆੜਾ ਵਰਥ ਜਲ ਉਪਚਾਰ ਪਲੈਂਟ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹੇਟ ਲਿਖਿਆ ਵਿੱਚੋਂ ਕਿਹੜਾ ਪਾਣੀ ਰਾਹੀਂ ਫੈਲਣ ਵਾਲਾ ਰੋਗ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਰੋਗ ਹੈ ਜਿਹੜਾ ਪਾਣੀ ਰਾਹੀਂ ਨਹੀਂ ਫੈਲਦਾ ਤਾਂ ਬੱਚੇ ਉਹ ਹੈ ਟੀਬੀ ਆਪਸ਼ਨ ਆੜਾ ਟੀਵੀ ਕਜਿਹੜਾ ਰੋਗ ਹੈ ਜਿਹੜਾ ਪਾਣੀ ਰਾਹੀਂ ਨਹੀਂ ਫੈਲਦਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਰਥ ਪਾਣੀ ਦੇ ਸੋਮੇ ਦੀ ਉਦਾਹਰਣ ਨਹੀਂ ਹੈ ਹਾਂਜੀ ਦੇਖੋ ਬੱਚੇ ਸੀਵਰੇਜ ਵਿੱਚ ਵਿਰਥ ਪਾਣੀ ਹੁੰਦਾ ਹੈ ਘਰਾਂ ਵਿੱਚ ਵੀ ਉਦਯੋਗਿਕ ਇਕਾਈਆਂ ਵਿੱਚ ਵੀ ਤਾਂ ਇਹਨਾਂ ਦਾ ਸਹੀ ਜਵਾਬ ਹੈ ਕਿ ਇਹਨਾਂ ਵਿੱਚੋਂ ਕਿਹੜੀ ਵਿਰਥ ਪਾਣੀ ਦੇ ਸੋਮੇ ਦੀ ਉਦਾਹਰਣ ਨਹੀਂ ਹੈ ਉਹ ਬੱਚੇ অপশন ਸ ਹਸਪਤਾਲ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਮਿਊਨਿਸਪਲ ਪਾਣੀ ਉਪਚਾਰ ਸ਼ੁੱਧੀਕਰਨ ਪਲਾਂਟ ਵਿੱਚ ਕਲੋਰিন ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਹਾਂਜੀ ਪਾਣੀ ਦੇ ਉਪਚਾਰ ਵਿੱਚ ਕਲੋਰিন ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਤੇਰਾ ਸਹੀ ਜਵਾਬ ਹੈ ਹਾਨੀਕਾਰਕ ਸੂਖਮ ਜੀਵਾ ਨੂੰ ਖਤਮ ਕਰਨ ਲਈ অপশন ইডি हां जी ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹੇਠ ਲਿਖਿਆਂ ਵਿੱਚੋਂ ਅਪਣਾਈ ਜਾਣ ਵਾਲੀ ਕਿਹੜੀ ਚੰਗੀ ਪ੍ਰੈਕਟਿਸ ਹੈ ਨਾਲੀਆਂ ਵਿੱਚ ਖਾਣ ਵਾਲਾ ਤੇਲ ਅਤੇ ਪੇਂਟ ਨਹੀਂ ਸੁੱਟਣਾ ਚਾਹੀਦਾ ਨਾਲੀਆਂ ਵਿੱਚ ਵਰਤੀ ਚਾਹ ਪੱਤੀ ਠੋਸ ਭੋਜਨ ਅਤੇ ਰੂਹ ਨਹੀਂ ਸੁੱਟਣੀ ਚਾਹੀਦੀ ਨਾਲੀਆਂ ਵਿੱਚ ਰਸਾਇਣ ਜਿਵੇਂ ਕਿ ਕੀਟਨਾਸ਼ਕਾਂ ਨੂੰ ਨਹੀਂ ਸੁੱਟਣਾ ਚਾਹੀਦਾ ਤਾਂ ਬੱਚੇ ਇਹ ਸਾਰੀਆਂ ਇਹ ਜਿਹੜੀਆਂ ਨੇ ਇਹ ਆਪਣਾਈ ਜਾਣ ਵਾਲੀਆਂ ਚੰਗੀਆਂ ਪ੍ਰੈਕਟਿਸ ਨੇ ਸਾਰੀਆਂ ਤਾਂ ਇਸ ਲਈ ਦਾ ਸਹੀ ਜਵਾਬ ਕੀ ਆ ਜਾਗਾ ਬੱਚੇ ਉਪਰੋਕਤ ਸਾਰੇ ਆਪਸ਼ਨ ਸਸਾ ਤਾਂ ਬੱਚੇ ਅਸੀਂ ਅੱਜ ਆਪਣਾ ਪਾਠ ਨੰਬਰ 18 ਵਿਰਥ ਪਾਣੀ ਦੀ ਕਹਾਣੀ ਤਾਂ ਬੱਚੇ ਉਮੀਦ ਕਰਦੇ ਆ ਕਿ ਇਸ ਪਾਠ ਦੇ ਜਿਹੜੇ ਮਲਟੀਪਲ ਚੁਆਇਸ ਕੁਐਸਚਨ ਨੇ ਉਹਨਾਂ ਸਾਰਿਆਂ ਦੇ ਸਹੀ ਉੱਤਰ ਤੁਹਾਨੂੰ ਪਤਾ ਲੱਗੇ ਹੋਣਗੇ ਤਾ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ